ਦੋਸਤੋ ਪ੍ਰੋਗਰਾਮ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਕਿ ਅਸੀਂ ਹਰ ਸਮੇਂ ਦੇ ਉੱਤੇ ਤੁਹਾਡੇ ਨਾਲ ਵੱਖ ਵੱਖ ਵਿਸ਼ਿਆਂ ਦੇ ਉੱਤੇ ਵੱਖ ਵੱਖ ਵਰਤਾਰੇ ਦੇ ਆਧਾਰ ਦੇ ਉੱਤੇ ਜਿਹੜੇ ਨੇ ਉਹ ਵਿਸ਼ੇ ਲੈ ਕੇ ਆਉਂਦੇ ਹਾਂ ਔਰ ਤੁਸੀਂ ਹਮੇਸ਼ਾ ਸਾਡੇ ਵਿਸ਼ਿਆਂ ਨੂੰ ਨਵਾਜ਼ਦੇ ਹੋ। ਅੱਜ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ ਉਹ ਮੈਂ ਸਮਝਾਂਗਾ ਕਿ ਕੌਮ ਦਾ ਇੱਕ ਬਹੁਤ ਹੀ ਦੁਨੀਆ ਭਰ ਵਿੱਚ ਵਸਦੀ ਕੌਮ ਦਾ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਔਰ ਇਹ ਗੱਲ ਅੱਜ ਮੰਨ ਲੈਣੀ ਚਾਹੀਦੀ ਹੈ ਕਿ ਸਾਡੀਆਂ ਨਵੀਆਂ ਪੀੜ੍ਹੀਆਂ ਦੇ ਵਿੱਚ ਔਰ ਸਾਡੇ ਲੋਕਾਂ ਦੇ ਵਿੱਚ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਨਾ ਕੋਈ ਜਾਗਰਤੀ ਜਿਹੜੀ ਹੈ ਉਹ ਜ਼ਰੂਰ ਪਹੁੰਚੀ ਹੈ ਜਿਸ ਕਰਕੇ ਅਸੀਂ ਆਪਣੀਆਂ ਜੜ੍ਹਾਂ ਨੂੰ ਖੋਜਣ ਔਰ ਜੜ੍ਹਾਂ ਦੇ ਸਤਿਕਾਰ ਵਜੋਂ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਗੱਲਬਾਤ ਨੂੰ ਲੈ ਕੇ ਆਉਂਦੇ ਹਾਂ। ਪਿਛਲੇ ਸਮੇਂ ਦੇ ਵਿੱਚ ਅਕਸਰ ਅਸੀਂ ਪ੍ਰੋਗਰਾਮਾਂ ਦੇ ਵਿੱਚ ਇਤਿਹਾਸਿਕ ਵਰਤਾਰਿਆਂ ਬਾਰੇ ਗੱਲ ਕੀਤੀ ਕਿ ਸਾਡਾ ਇਤਿਹਾਸ ਜਿਹੜਾ ਉਸ ਦਾ ਮਲੀਆ ਮੇਟ ਕੀਤਾ ਜਾ ਰਿਹਾ। ਅੱਜ ਸਿੱਖ ਕੌਮ ਕੋਲ ਜੇ ਸਰੋਤਾਂ ਦੀ ਗੱਲ ਹੋਵੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਰੋਤ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਥਾਹ ਬਜਟ ਜੇਕਰ ਇਹ ਦੱਸਣਾ ਹੋਵੇ ਕਿੱਥੇ ਕਿੱਥੇ ਲੱਗ ਰਿਹਾ ਤਾਂ ਤੁਹਾਨੂੰ ਹੈਰਾਨੀ ਹੋਏਗੀ। ਜੇਕਰ ਦਿਆਨਤਦਾਰੀ ਦੀ ਗੱਲ ਹੈ ਤਾਂ ਮੈਂ ਸਮਝਾਂਗਾ ਕਿ ਉਸ ਕਮੇਟੀ ਕੋਲ ਆਪਣੇ ਧਰਮ ਬਾਰੇ ਔਰ ਆਪਣੇ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਸਾਂਭਣ ਵਾਸਤੇ ਕੋਈ ਵੀ ਦਿਆਨਤਦਾਰੀ ਨਹੀਂ ਬਚੀ ਔਰ ਉਹਨਾਂ ਰਾਹਾਂ ਦੇ ਉੱਤੇ ਕਿਤੇ ਨਾ ਕਿਤੇ ਪਗਡੰਡੀਆਂ ਬਣਾ ਕੇ ਤੁਰ ਪਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕਾਸ਼ ਕਿ ਇਹ ਦੋਨੋਂ ਸੰਸਥਾਵਾਂ ਕਿਸੇ ਵੀ ਰਾਜਨੀਤੀ ਦਾ ਸ਼ਿਕਾਰ ਨਾ ਹੁੰਦੀਆਂ, ਘੱਟੋ ਘੱਟ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਸਮਰਪਿਤ ਹੋ ਕੇ ਇਹ ਇਸ ਤਰ੍ਹਾਂ ਦਾ ਇਤਿਹਾਸ ਅੱਗੇ ਲਿਆ ਸਕਦੀਆਂ ਸਨ। ਪਰ ਅੱਜ ਦੀ ਤਰੀਕ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਮੈਂ ਸਮਝਾਂਗਾ ਕਿ ਉਹ ਵੱਡੇ ਪੱਧਰ ਦੇ ਉੱਤੇ ਆਪਣੇ ਇਤਿਹਾਸ ਦੀ ਗੱਲ ਕਰਦੇ ਨੇ ਤਾਂ ਜੋ ਕਿ ਘੱਟੋ ਘੱਟ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਤਾਂ ਪਤਾ ਲੱਗ ਸਕੇ। ਅੱਜ ਭਾਰਤ ਵਰਸ਼ ਦੀਆਂ ਮਿੱਟੀ ਦੇ ਥੱਲੇ ਹੀ ਸਿੱਖ ਕੌਮ ਦਾ ਵੱਡਾ ਇਤਿਹਾਸ ਜਿਹੜਾ ਉਹ ਲੁਕਿਆ ਹੋਇਆ ਹੈ। ਅੱਜ ਸਿੰਧੂ ਘਾਟੀ ਦੀ ਸੱਭਿਅਤਾ ਜਾਂ ਮਹਿੰਜੋਦੜੋ ਦੀ ਸੱਭਿਅਤਾ ਜਾਂ ਉਸ ਉਹਨਾਂ ਸੱਭਿਅਤਾਵਾਂ ਦੀਆਂ ਖੁਦਾਈਆਂ ਕਰਕੇ ਦੁਨੀਆ ਭਰ ਦੇ ਵਿੱਚ ਤਾਂ ਸਿਸਟਮ ਪ੍ਰਚਾਰ ਸਕਦਾ ਹੈ। ਦੁਨੀਆ ਭਰ ਦੇ ਸਿਲੇਬਸਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ। ਕਿਸੇ ਵੀ ਜਵਾਕ ਨੂੰ ਪੁੱਛ ਲਓ ਸਿੰਧੂ ਘਾਟੀ ਦੀ ਸੱਭਿਅਤਾ ਦੋ ਚਾਰ ਅੱਖਰ ਤੇ ਉਹ ਬੋਲ ਹੀ ਦਏਗਾ। ਪਰ ਮਿੱਟੀ ਦੇ ਵਿੱਚ ਦਫਨ ਪਏ ਅਮੀਰ ਸਿੱਖ ਇਤਿਹਾਸ ਦੇ ਜੇਕਰ ਕਿਸੇ ਇੱਕ ਕੰਨੀ ਨੂੰ ਫੜਨਾ ਹੋਵੇ ਤਾਂ ਜਾ ਕੇ ਮੈਂ ਸਮਝਾਂਗਾ ਕਿ ਉਹ ਸੈਂਕੜੇ ਹਜ਼ਾਰਾਂ ਮੀਲਾਂ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਉਹ ਅੱਜ ਵੀ ਮਿੱਟੀ ਦੇ ਵਿੱਚ ਦਫਨ ਪਿਆ। ਪਰ ਕਿਸੇ ਵੀ ਬਾਬੇ ਜਿਹੜੇ ਬਾਬੇ ਨੇ ਕਾਰ ਸੇਵਾ ਵਾਲੇ ਉਹਨਾਂ ਦੀ ਕੋਸ਼ਿਸ਼ ਇਹ ਤਾਂ ਰਹੀ ਹੈ ਕਿ ਅਸੀਂ ਘੱਟੋ ਘੱਟ ਸਿੱਖ ਇਤਿਹਾਸ ਜਿਹੜਾ ਉਸ ਦਾ ਮਲੀਆ ਮੇਟ ਕਰਕੇ ਉਸ ਇਤਿਹਾਸ ਨੂੰ ਮਕਰਾਣੇ ਦੇ ਪੱਥਰ ਹੀ ਢੱਕ ਦਈਏ। ਕੇਂਦਰ ਦੇ ਵਿੱਚ ਸਿੱਖਾਂ ਦੀਆਂ ਭਾਈਵਾਲ ਸਰਕਾਰਾਂ ਬਣੀਆਂ, ਕਦੇ ਇੰਦਰ ਕੁਮਾਰ ਗੁਜਰਾਲ ਨੂੰ ਜੱਫੀਆਂ ਪਈਆਂ, ਕਦੇ ਵਾਜਪਾਈ ਜੀ ਨੂੰ ਜੱਫੀਆਂ ਪਈਆਂ, ਕਦੇ ਨਰਿੰਦਰ ਮੋਦੀ ਜੀ ਦੀਆਂ ਤਾਰੀਫਾਂ ਦੇ ਵਿੱਚ ਸਿਫਤਾਂ ਦੇ ਪੁਲ ਬੰਨ ਬੰਨ ਕੇ ਦਸਤਾਰਾਂ ਟਿਕਾਈਆਂ ਗਈਆਂ, ਕਦੇ ਉਹਨਾਂ ਕੋਲ ਸਾਡੀ ਸਿੱਖ ਲੀਡਰਸ਼ਿਪ ਨੇ ਇਹ ਸਵਾਲ ਨਹੀਂ ਕੀਤਾ ਕਿ ਸਾਡੇ ਵੀ ਸਿੱਖ ਜਿਹੜੇ ਨੇ ਉਹਨਾਂ ਨੇ ਕੋਈ ਇਤਿਹਾਸ ਲੱਭਿਆ, ਸਾਡੀ ਵੀ ਸਿੱਖ ਵਿਰਾਸਤ ਜਿਹੜੀ ਹੈ ਉਸ ਵਾਸਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਜਿਸ ਦੇ ਅੰਡਰ ਆ ਰਿਹਾ ਪੁਰਾਤੱਤਵ ਵਿਭਾਗ ਜਹਾਂਗੀਰ ਦੀ ਮੁਹੱਬਤ ਦੀ ਸਰਾਂ ਜਿਹੜੀ ਹੈ ਉਹ ਉਸੇ ਇਤਿਹਾਸਿਕ ਚੂਨੇ ਮਿੱਟੀ ਦੇ ਨਾਲ ਤਿਆਰ ਕਰਕੇ ਨਵਿਆ ਦਿੱਤੀ ਜਾਂਦੀ ਹੈ। ਨੂਰ ਮਹਿਲ ਦੀ ਸਰਾਂ ਦੇ ਵਿੱਚ ਤਾਰੇ ਵਜਾ ਦਿੱਤੇ ਜਾਂਦੇ ਨੇ। ਮੁਗਲ ਜਹਾਂਗੀਰਾਂ ਤੱਕ ਦੀਆਂ, ਮੁਗਲ ਬਾਦਸ਼ਾਹਾਂ ਤੱਕ ਦੀਆਂ ਸਾਰੀਆਂ ਜਿਹੜੀਆਂ ਵੱਡੇ ਕਿਲੇ ਅਤੇ ਇਮਾਰਤਾਂ ਉਹਨਾਂ ਨੂੰ ਸ਼ਿੰਗਾਰ ਦਿੱਤਾ ਜਾਂਦਾ। ਪਰ ਇਸ ਮੁਲਕ ਦੀ ਕੁਰਬਾਨੀ ਕਰਨ ਵਾਲੇ ਮੁੱਢ ਕੁਦੀਮ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਅੱਜ ਤੱਕ ਦੀ ਕੌਮ ਵਾਸਤੇ ਕੁਰਬਾਨੀ ਕਰਨ ਵਾਲੀ ਕੌਮ ਦੇ ਇਤਿਹਾਸ ਦੀ ਇੱਕ ਮਿੱਟੀ ਚੱਕ ਕੇ ਵੀ ਦੁਨੀਆ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਜੀ ਹਾਂ, ਮੈਂ ਗੱਲ ਕਰ ਰਿਹਾ ਅੱਜ ਲੋਹਗੜ੍ਹ ਕਿਲੇ ਦੀ। ਲੋਕਾਂ ਦੇ ਦਿਮਾਗ ਦੇ ਵਿੱਚ ਹੋਏਗਾ ਲੋਹਗੜ੍ਹ, ਔਰ ਮੈਂ ਸਮਝਾਂਗਾ ਮੇਰੀਆਂ ਪੀੜ੍ਹੀਆਂ ਜਾਂ ਮੇਰੀਆਂ ਪੀੜ੍ਹੀਆਂ ਤੋਂ ਉੱਪਰ ਜਾ ਕੇ ਵੀ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਹੋਏਗਾ। ਅੱਜ ਇਹ ਗੱਲ ਹੋ ਜਾਂਦੀ ਇਤਿਹਾਸਿਕ ਵਰਤਾਰੇ ਦੇ ਵਿੱਚ ਕਿ ਕਿੰਨੇ ਵਰੇ 2.5 ਲੱਖ ਮੁਗਲ ਦੀ ਫੌਜ ਜਿਹੜੀ ਆ ਉੱਥੇ ਘੇਰਾ ਪਾ ਕੇ ਬੈਠੀ ਰਹੀ, ਪਰ ਕਿਸੇ ਦੇ ਦਿਮਾਗ ਨੇ ਇਹ ਕੰਮ ਨਹੀਂ ਕੀਤਾ ਕਿ ਜਿਹਨਾਂ ਦੋ ਟਿੱਬਿਆਂ ਦੇ ਉੱਤੇ ਅੱਜ ਦੋ ਝੰਡੇ ਲਹਿਰਾਏ ਹੋਏ ਨੇ ਸਿਰਫ ਫੌਜ ਉਹਦੇ ਉੱਤੇ ਨਹੀਂ ਬੈਠੀ ਰਹੀ। 2.5 ਲੱਖ ਬੰਦੇ ਦਾ ਸਾਹਮਣਾ ਕਰਨ ਵਾਸਤੇ ਘੱਟੋ ਘੱਟ 50,000, 60,000, 70,000 ਬੰਦਾ
ਬਿਲਕੁਲ ਬਕਾਇਦਾ ਤੌਰ 'ਤੇ ਅਣਖੀ ਸੂਰਮਾ ਚਾਹੀਦਾ ਔਰ ਸਮਾਂ ਦੇਖੋ ਕਦੇ ਇਤਿਹਾਸ ਸਾਡੇ ਅੱਜ ਸਿੱਖ ਇਤਿਹਾਸਕਾਰ ਜਿਹੜੇ ਨੇ ਉਹ ਸਿਰਫ ਲਾਇਬ੍ਰੇਰੀਆਂ ਦੇ ਏਅਰ ਕੰਡੀਸ਼ਨਾਂ ਦੇ ਵਿੱਚ ਬੈਠਦੇ ਨੇ, ਚਾਰ ਕਿਤਾਬਾਂ ਇੱਧਰੋਂ ਕੱਢੀਆਂ, ਚਾਰ ਇੱਧਰੋਂ ਕੱਢੀਆਂ, ਚਾਰ ਇੱਧਰੋਂ ਕੱਢੀਆਂ, ਵੱਖਰੀਆਂ ਵੱਖਰੀਆਂ ਕਿਤਾਬਾਂ ਦੇ ਵਰਕੇ ਪਾ ਕੇ ਇੱਕ ਨਵੀਂ ਇਤਿਹਾਸ ਦੀ ਕਿਤਾਬ ਬਕਾਇਦਾ ਤੌਰ 'ਤੇ ਮੜ ਕੇ ਟੇਬਲ ਦੇ ਉੱਤੇ ਰੱਖ ਦਿੰਦੇ ਨੇ ਵਾਈਸ ਚਾਂਸਲਰ ਜਾਂ ਆਪਣੇ ਡੀਨ ਦੀ ਚਾਪਲੂਸੀ ਦੇ ਨਾਲ ਬਕਾਇਦਾ ਤੌਰ 'ਤੇ ਖਾਮੋਸ਼ ਸਤਰਾਂ ਦੇ ਵਿੱਚ ਉਹਨਾਂ ਦੇ ਨਾਂ ਦੇ ਮੂਹਰੇ ਡਾਕਟਰ ਲੱਗ ਜਾਂਦਾ ਅਤੇ ਉਸ ਤੋਂ ਬਾਅਦ ਉਹ ਵਧੀਆ ਇਤਿਹਾਸਕਾਰ ਬਣ ਜਾਂਦੇ ਨੇ। ਪਰ ਮਿੱਟੀ ਦੇ ਵਿੱਚੋਂ ਇਤਿਹਾਸ ਬੋਲਣਾ ਕਿਸੇ ਵਿਰਲੇ ਦੇ ਕੰਮ ਆਇਆ, ਜੰਗਲਾਂ ਦੇ ਵਿੱਚੋਂ ਮੀਲਾਂ ਵਧੀ ਸਿੱਖ ਕੌਮ ਦੀ ਵਿਰਾਸਤ ਅਤੇ ਸਿੱਖ ਕੌਮ ਦਾ ਰਾਜ ਜਿਹੜਾ ਸੀ, ਰਾਜ ਭਾਗ ਜਿਹੜਾ ਸੀ ਉਹ ਅੱਜ ਦਾ ਨਹੀਂ ਸੈਂਕੜੇ ਸਾਲ ਪਹਿਲਾਂ ਦਾ, ਔਰ ਮੈਂ ਸਮਝਾਂਗਾ ਉਹਨੂੰ ਹੋਈਆ ਵੀ ਨਹੀਂ ਕਰਦਾ ਕੋਈ ਖਾਸ ਤੌਰ ਦੇ ਉੱਤੇ, ਕੋਈ ਜਿਸ ਦਾ ਵੱਡਾ ਕਾਰੋਬਾਰ ਚੱਲਦਾ ਹੋਵੇ ਜਾਂ ਜਿਸ ਜਿਹੜਾ ਕੋਈ ਸਰਕਾਰੀ ਦਫ਼ਤਰ ਅਫਸਰ ਹੋਵੇ ਜਿਸ ਦੇ ਅੱਗੇ ਪਿੱਛੇ ਨੌਕਰ ਵੀ ਹੋਣ, ਸਰਕਾਰੀ ਗੱਡੀਆਂ ਤੇਲ ਪੈਟਰੋਲ ਹੋਵੋ, ਕਹੇਗਾ ਮੈਂ ਆਪਣੇ ਬੱਚੇ ਪੜ੍ਹਾਵਾਂ ਕਿਤੇ ਸੈੱਟ ਕਰਾਂ, ਮੈਨੂੰ ਜੰਗਲਾਂ ਦੇ ਵਿੱਚ ਤੁਰਨ ਫਿਰਨ ਦਾ ਕੀ ਲਾਲਚ ਹੈ ਜੀ, ਇਸ ਤਰ੍ਹਾਂ ਦਾ ਕੁਝ ਕਰ ਸੱਚ ਵਿਖਾਇਆ। ਲੋਹਗੜ੍ਹ ਕਿਲ੍ਹੇ ਦਾ ਇਤਿਹਾਸ ਜਿਹੜਾ ਮੈਂ ਸਮਝਾਂਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸੀ ਉਸਨੂੰ ਅਸੀਂ ਕਿਲ੍ਹਾ ਮੰਨ ਸਕਦੇ ਹਾਂ, ਜਿਸ ਦੀ ਖੋਜ ਕੀਤੀ ਗਈ ਕੁਦਰਤ ਦੀ ਉਸ ਕਰੂਪੀ ਨੇ, ਕੁਦਰਤ ਦੇ ਸ਼ੁਕਰਾਨੇ ਵਜੋਂ ਜਿਹੜੀਆਂ ਤੇਜ਼ ਧਾਰ ਬਾਰਿਸ਼ਾਂ ਹੋਈਆਂ ਪਹਾੜਾਂ ਦੇ ਵਿੱਚ, ਲੋਹਗੜ੍ਹ ਕਿਲ੍ਹੇ ਦੀਆਂ ਨੀਹਾਂ ਨੰਗੀਆਂ ਹੋਈਆਂ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਨੀਹਾਂ ਮਿਲੀਆਂ, ਹਕੀਕਤ ਕੀ ਹੈ ਇਸ ਨੂੰ ਬਿਆਨਣ ਵਾਸਤੇ ਮੈਂ ਕਹਾਂਗਾ ਕਿ ਜਿਨ੍ਹਾਂ ਨੇ ਡਿਸਕਵਰੀ ਜਿਹੜੀ ਹੈ ਉਸ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਖੋਜ ਕੀਤੀ, ਇੱਕ ਸਰਕਾਰੀ ਅਧਿਕਾਰੀ DDPO ਜਿਹੜੇ ਉੱਥੇ ਲੱਗੇ ਹੋਏ ਸਨ, ਔਰ ਸਰਦਾਰ ਗਗਨਦੀਪ ਸਿੰਘ, ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਿੱਖ ਹੋਣ ਦੇ ਨਾਤੇ ਆਪਣੇ ਭਾਈਚਾਰੇ ਨੂੰ ਜੋੜ ਕੇ ਉਹਨਾਂ ਦੇ ਨਾਲ ਪੂਰੀ ਉਹਨਾਂ ਦੀ ਮਦਦ ਕੀਤੀ, ਸਰਦਾਰ ਗੁਰਮਿੰਦਰ ਸਿੰਘ ਜਿਹੜੇ ਕਿ ਇਸ ਮੌਕੇ ਦੇ ਉੱਤੇ ਚੇਅਰਮੈਨ ਨੇ ਲੋਹਗੜ੍ਹ ਟਰੱਸਟ ਦੇ, ਅੱਜ ਦੋਨੋਂ ਹੀ ਪੰਜਾਬ ਤੋਂ ਕਿਸੇ ਵਿਦੇਸ਼ੀ ਦੌਰੇ ਦੇ ਉੱਤੇ ਆਏ ਸਨ, ਅਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਅੱਜ ਦਾ ਪ੍ਰੋਗਰਾਮ ਜਾਣਕਾਰੀ ਭਰਪੂਰ ਔਰ ਖਾਸ ਤੌਰ ਦੇ ਉੱਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਬਹੁਤ ਵੱਡੀ ਜਾਣਕਾਰੀ ਹੋਏਗੀ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਤਸ਼ਰੀਫ ਫਰਮਾਨ ਨੇ ਸਰਦਾਰ ਗਗਨਦੀਪ ਸਿੰਘ ਜੀ ਔਰ ਸਰਦਾਰ ਗੁਰਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਿੰਘ ਸਾਹਿਬ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਗਗਨਦੀਪ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਬੇਨਤੀ ਕਰਾਂਗਾ ਕਿ ਜਿਹੜੇ ਸਵਾਲ ਹੈ ਅਸੀਂ ਬਹੁਤ ਕਰਨੇ ਨੇ, ਸਮਾਂ ਸਾਡੇ ਕੋਲ ਥੋੜ੍ਹਾ, ਮੈਨੂੰ ਲੱਗਦਾ ਕਿ ਇਹ ਵਿਸ਼ਾ ਵੈਸੇ 3-4 ਪ੍ਰੋਗਰਾਮਾਂ ਦੇ ਵਿੱਚ ਨਿਬੜਨ ਵਾਲਾ ਹੈ। ਆਉਣ ਵਾਲੇ ਸਮੇਂ 'ਚ ਜੋ ਵੀ ਇਸ ਵਾਸਤੇ ਤੁਸੀਂ ਪ੍ਰਗਤੀ ਵੀ ਕਰੋਗੇ ਮੈਂ ਤੁਹਾਨੂੰ ਟੈਲੀਫੋਨ ਦੇ ਜ਼ਰੀਏ ਵੀ ਵਿਦੇਸ਼ ਦੀ ਆਡੀਅੰਸ ਦੇ ਨਾਲ ਜੋੜ ਕੇ ਰੱਖਾਂਗਾ। ਸਭ ਤੋਂ ਪਹਿਲਾਂ ਤਾਂ ਲੋਹਗੜ੍ਹ ਕਿਲ੍ਹੇ ਦੇ ਇੱਕ ਬਰੀਫ ਇਤਿਹਾਸ ਬਾਰੇ ਦੱਸੋ ਤੁਸੀਂ ਕਿ ਲੋਹਗੜ੍ਹ ਦੇ ਕਿਲ੍ਹੇ ਦੀ ਇਤਿਹਾਸਕ ਮਹੱਤਤਾ ਜਿਹੜੀ ਹੈ ਉਹ ਕੀ ਹੈ? ਲੋਹਗੜ੍ਹ ਖਾਲਸਾ ਰਾਜਧਾਨੀ 1710 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਡਿਕਲੇਅਰ ਕੀਤੀ ਸੀਗੀ ਜੀ ਜੀ ਔਰ ਜਦੋਂ ਉਹਨਾਂ ਨੇ ਆਪਣਾ ਏਰੀਆ ਕਵਰ ਕਰ ਲਿਆ ਸੀਗਾ, ਦਿੱਲੀ ਤੋਂ ਲੈ ਕੇ ਆਲਮੋਸਟ ਲਾਹੌਰ ਤੱਕ ਦਾ ਏਰੀਆ ਸਾਰੇ ਸੂਬੇ ਕਵਰ ਕਰਕੇ ਔਰ ਉਹਨਾਂ ਨੇ ਆਪਣਾ ਇਹਨੂੰ ਖਾਲਸਾ ਰਾਜਧਾਨੀ ਡਿਕਲੇਅਰ ਕਰਕੇ ਇੱਥੋਂ ਨਾਨਕਸ਼ਾਹੀ ਕੈਲੰਡਰ, ਨਾਨਕਸ਼ਾਹੀ ਸਿੱਕੇ ਔਰ ਨਾਨਕਸ਼ਾਹੀ ਮੋਹਰਾਂ ਜਾਰੀ ਕੀਤੀਆਂ ਸੀਗੀਆਂ ਔਰ ਫਸਟ ਟਾਈਮ ਇਨ ਦਾ ਵਰਲਡ ਹਿਸਟਰੀ ਜਿੱਥੋਂ ਦੀ ਇਹਨਾਂ ਨੇ ਸੋਸ਼ਲ, ਪੋਲੀਟੀਕਲ, ਇਕਨੋਮਿਕ ਅਤੇ ਜੈਂਡਰ ਇਕੁਐਲਿਟੀ ਦੀ ਗੱਲ ਰਿਟਨ ਫਰਮਾਨ ਜਾਰੀ ਕੀਤੇ ਸੀਗੇ ਫਸਟ ਟਾਈਮ ਇਨ ਦਾ ਵਰਲਡ ਹਿਸਟਰੀ, ਮੱਚ ਅਰਲੀਅਰ ਦੈਨ ਫਰੈਂਚ ਰੈਵੋਲਿਊਸ਼ਨ ਔਰ ਤਕਰੀਬਨ 70 ਸਾਲ ਪਹਿਲੇ ਫਰੈਂਚ ਰੈਵੋਲਿਊਸ਼ਨ ਤੋਂ ਪਹਿਲੇ ਹੋਇਆ। ਅਸੀਂ ਇਹ ਗੱਲ ਨੂੰ ਪਬਲਿਸਾਈਜ਼ ਨਹੀਂ ਕਰ ਸਕੇ ਵੀ ਐਡਾ ਵੱਡਾ ਜਿਹੜਾ ਇਹ ਕੰਮ ਹੋਇਆ ਗਿਆ, ਇਹ ਫਸਟ ਟਾਈਮ ਇੱਥੇ ਕੇਵਲ ਸਿੱਖੀ ਦਾ ਰਾਜ ਨਹੀਂ ਇਸਟੈਬਲਿਸ਼ ਕੀਤਾ ਗਿਆ, ਇੱਥੇ ਇਨਸਾਨੀਅਤ ਦਾ ਰਾਜ ਕਾਇਮ ਕੀਤਾ ਗਿਆ ਫਸਟ ਟਾਈਮ ਇਨ ਦਾ ਵਰਲਡ ਹਿਸਟਰੀ। ਔਰ ਅਸੀਂ ਫਰੈਂਚ ਰੈਵੋਲਿਊਸ਼ਨ ਦੇ ਅਸੀਂ ਇੰਨੇ ਉਹਨਾਂ ਨੇ ਫਰਾਂਸ ਦੇ ਲੋਕਾਂ ਨੇ ਗੀਤ ਗਾਏ, ਉਹ ਛੋਟੇ ਜਿਹੇ ਰਾਜੇ ਦੇ ਖਿਲਾਫ਼ ਸੀਗਾ ਔਰ ਜਿਹੜਾ ਇਹ ਸਿੱਖ ਰੈਵੋਲਿਊਸ਼ਨ ਹੋਇਆ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਰਾਜ ਜਿਹਨਾਂ ਕੋਲ 25.4% ਇਕਾਨਮੀ ਸੀਗੀ ਅਤੇ ਇਹਨਾਂ ਕੋਲ ਤਕਰੀਬਨ 1/3 ਵਰਲਡ ਦੀ ਆਰਮੀ ਸੀਗੀ, ਉਹਦੇ ਖਿਲਾਫ਼ ਹੋਇਆ ਔਰ ਐਡਾ ਵੱਡਾ ਜਿੱਥੇ ਇਨਸਾਨੀਅਤ ਦਾ ਰਾਜ ਕਾਇਮ ਹੋਇਆ ਜੀ। ਜੀ 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 ਸਰ ਗੁਰਮਿੰਦਰ ਸਿੰਘ ਜੀ, ਲੋਹਗੜ੍ਹ ਦਾ ਕਿਲ੍ਹਾ ਜਿਹੜਾ ਇੱਕ ਮੈਂ ਸਮਝਾਂਗਾ ਦੋ ਅਸੀਂ ਉਹਨਾਂ ਨੂੰ ਟਿੱਬੇ ਕਹਿ ਲਈਏ, ਥੇ ਕਹਿ ਲਈਏ, ਉਹਨੂੰ ਹੀ ਮਤਲਬ ਅੱਜ ਤੱਕ ਲੋਹਗੜ੍ਹ ਦਾ ਕਿਲ੍ਹਾ ਮੰਨਦੇ ਰਹੇ, ਪਰ ਮੈਂ ਸਮਝਾਂਗਾ ਕਿ ਜਿੱਡੇ ਵੱਡੇ ਏਰੀਏ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਲੋਹਗੜ੍ਹ ਦਾ ਕਿਲ੍ਹਾ 7000 ਏਕੜ ਦੇ ਵਿੱਚ ਇਹ ਲੋਕ, ਹਾਂਜੀ ਦੇਖੋ ਮਤਲਬ ਇਹ ਸੀ ਔਰ ਇਸ ਦੀਆਂ ਹੱਦਾਂ ਕਿੱਥੇ ਕਿੱਥੇ ਤੱਕ ਲੱਗਦੀਆਂ ਸਨ, ਇਸ ਨੂੰ ਸਰ ਗਗਨਦੀਪ ਸਿੰਘ ਹੋਰਾਂ ਵੱਲੋਂ ਜਾਂ ਤੁਹਾਡੇ ਸਹਿਯੋਗ ਨਾਲ ਖੋਜਣ ਦਾ ਮੌਕਾ ਕਿਵੇਂ ਮਿਲਿਆ, ਸਬੱਬ ਕਿਵੇਂ ਬਣਿਆ, ਟਰਨਿੰਗ ਪੁਆਇੰਟ ਕੀ ਸੀ? ਇਟਸ ਅ ਵੈਰੀ ਵੈਰੀ ਇੰਟਰਸਟਿੰਗ ਪੁਆਇੰਟ ਯੂ ਆਸਕ ਮੀ ਜੀ। ਹੋਇਆ ਕਿ 2016 'ਚ
ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹਾਦਤ ਦਾ ਮੌਕਾ ਸੀ ਔਰ ਉਹਨਾਂ ਦਾ ਇੱਕ ਤਿਥੀ ਮਨਾਉਣ ਦਾ ਫੈਸਲਾ ਲਿਆ ਗਿਆ, ਜਿਹਦੇ 'ਚ ਇੱਕ ਯਾਤਰਾ ਰਿਆਸੀ ਜਿਹੜੇ ਉਹਨਾਂ ਦਾ ਜਨਮ ਸਥਾਨ ਹੈ ਉੱਥੋਂ ਚੱਲ ਕੇ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਮੈਰੋਲੀ, ਇੱਥੇ ਇੱਕ ਯਾਤਰਾ ਉਲੀਕੀ ਗਈ। ਇਹ ਯਾਤਰਾ 4 ਸਟੇਟਾਂ 'ਚੋਂ ਨਿਕਲਣੀ ਸੀ, ਜੰਮੂ, ਪੰਜਾਬ, ਹਰਿਆਣਾ ਔਰ ਦਿੱਲੀ। ਉਸ ਯਾਤਰਾ ਦਾ ਸੰਚਾਲਨ ਦਾ ਸਹਿਭਾਗੀ ਸੀ ਮੈਂ। ਉਸ ਯਾਤਰਾ ਦੇ ਵਾਸਤੇ ਅਸੀਂ ਚਿੱਠੀ ਲਿਖੀ ਚਾਰੋਂ ਗੌਰਮੈਂਟਾਂ ਨੂੰ ਵੀ ਇਸ ਯਾਤਰਾ ਨੂੰ ਤੁਸੀਂ ਸਟੇਟ ਗੈਸਟ ਦਾ ਦਰਜਾ ਦਿਓ, ਜੋ ਸਹਰਸ਼ ਸਾਡਾ ਚਾਰੋਂ ਸਟੇਟਾਂ ਨੇ ਐਕਸੈਪਟ ਕਰ ਲਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਇਹ ਯਾਤਰਾ ਸੀ, ਰੈਦਰ ਉਹਨਾਂ ਦੇ ਅਧੀਨ ਯਾਤਰਾ ਸੀ ਔਰ ਸਿੱਖ ਸਮਾਜ ਨੇ ਇਹਨੂੰ ਕੱਢਣਾ ਸੀ। ਉੱਥੇ ਜਦੋਂ ਯਾਤਰਾ ਦੀ ਸਟੇਟ ਗੈਸਟ ਦੀ ਹਾਂ ਹੋ ਗਈ, ਹਰਿਆਣਾ ਨੇ ਇੱਕ ਐਕਸਟਰਾ ਆਫਰ ਦਿੱਤੀ ਕਿ ਅਸੀਂ ਇਸ ਯਾਤਰਾ ਦਾ ਸਟੇਟ ਫੰਕਸ਼ਨ ਔਰ ਵੀ ਨਾਲ ਕਰਨਾ ਚਾਹਵਾਂਗੇ ਔਰ ਉਹ ਅਸੀਂ, ਕਿਉਂਕਿ ਲੋਹਗੜ੍ਹ ਸਥਾਨ ਜਿਹੜਾ ਹੈ ਜੋ ਕਿ ਹਿਸਟੋਰੀਅਨ ਲਿਖਦੇ ਸਨ ਸਾਰੇ, ਉਹਦਾ ਇਹ ਬੜਾ ਪੁਆਇੰਟ ਸੀ ਜੀ, ਪੁਆਇੰਟ ਸੀ, ਉਸ ਨੂੰ ਉਹ ਹਰਿਆਣੇ ਦੇ ਅੰਦਰ ਮੰਨਦੇ ਨੇ। ਜਮੁਨਾਨਗਰ ਜ਼ਿਲ੍ਹੇ 'ਚ ਉਹਨਾਂ ਦੇ ਮੁੱਖ ਮੰਤਰੀ ਨੇ ਕਿਹਾ ਵੀ ਤੁਹਾਡਾ ਅਸੀਂ ਸਵਾਗਤ ਕਰਾਂਗੇ ਲੋਹਗੜ੍ਹ। 2016 ਦੇ ਵਿੱਚ ਹੀ ਇਸ ਪਲੈਨਿੰਗ ਤੋਂ ਬਾਅਦ ਮੈਂ ਲੋਹਗੜ੍ਹ ਦਾ ਪੁਆਇੰਟ ਪਹਿਲੀ ਵਾਰੀ ਜ਼ਿੰਦਗੀ ਦੇਖਣ ਗਿਆ ਔਰ ਪਹਿਲੀ ਵਾਰੀ ਮੈਨੂੰ ਛੋਟੇ ਵੀਰ ਗਗਨਦੀਪ ਸਿੰਘ ਦੇ ਉੱਥੇ ਦਰਸ਼ਨ ਹੋਏ, ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਿੱਚ ਬਿਰਲਾ ਹੀ ਸਿੱਖ ਖਾਲਸਾ ਆਪਣਾ ਉੱਥੇ ਸੀ, DC ਸਾਹਿਬ ਸਰ ਡਾਕਟਰ SS ਫੁਲੀਆ, ਖੈਰ ਉਹ ਵੀ ਬਹੁਤ ਵਧੀਆ ਨੇ, ਉਹਨਾਂ ਦੇ ਮੁੜ ਜ਼ਿਆਦਾ ਗੁਣਗਾਨ ਕਰਾਂ ਤਾਂ ਸਾਡੀ ਲੋਹਗੜ੍ਹ ਦੀ ਗੱਲ ਰਹਿ ਜਾਏਗੀ। ਉਹਨਾਂ ਨੇ ਇਹ ਸ਼ਖਸ ਨੂੰ ਮਿਲਵਾਇਆ ਸੀ, ਦੋਨੋਂ ਮਿਲੇ ਔਰ ਇੱਕ ਛੋਟੀ ਜਿਹੀ ਗੱਲ ਕਿੱਥੋਂ ਸ਼ੁਰੂ ਹੋਈ, ਅਸੀਂ ਇੱਕ ਪ੍ਰੈਸ ਨੋਟ ਬਣਾਉਣਾ ਸੀ ਅਖਬਾਰਾਂ ਨੂੰ ਦੇਣ ਵਾਸਤੇ ਵੀ ਇਹ ਯਾਤਰਾ ਆ ਰਹੀ ਹੈ, ਇਹਦਾ ਸਵਾਗਤ ਕਰਨਾ ਔਰ ਲੋਹਗੜ੍ਹ ਸਾਰੇ ਪਹੁੰਚੋ। ਮੈਨੂੰ ਵੀਰ ਗਗਨ ਜੀ ਕਹਿੰਦੇ ਨੇ ਵੀ ਤੁਸੀਂ ਦੱਸ ਸਕਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀ ਇੱਕ ਪੈਰਾਗ੍ਰਾਫ ਜਾਂ ਦੋ ਪੈਰਾਗ੍ਰਾਫ ਅਸੀਂ ਪ੍ਰੈਸ ਨੋਟ 'ਚ ਲਿਖੀਏ। ਜੋ ਜਾਣਕਾਰੀ ਮੈਨੂੰ ਆਪਣੇ ਮਾਂ ਪਿਓ ਤੋਂ ਗੁਰਦੁਆਰਿਆਂ 'ਚੋਂ ਜਾਂ ਸਿੱਖੀ 'ਚੋਂ ਮਿਲੀ ਸੀ ਉਹ ਮੈਂ ਇਹਨਾਂ ਨੂੰ ਦੱਸੀ ਅਤੇ ਕਹਿਣ ਲੱਗੇ ਯਾਰ ਅਗਰ ਅਸੀਂ ਇਸ ਚੀਜ਼ ਨੂੰ ਲਿਖਦੇ ਹਾਂ ਕਿਤੇ ਕੋਈ ਗਲਤੀ ਨਾ ਹੋ ਜਾਏ, ਕੱਲ੍ਹ ਨੂੰ ਕੋਈ ਸਾਨੂੰ ਇਸ ਤਰ੍ਹਾਂ ਦੀ ਕੋਈ ਉਂਗਲ ਨਾ ਹੋ ਜਾਏ, ਕੁਝ ਬੁੱਕਸ ਕੰਸਲਟ ਕਰ ਲਈਏ। ਵੈਰੀ ਗੁੱਡ ਆਈਡੀਆ। ਅਸੀਂ 2-4 ਕਿਤਾਬਾਂ ਲਈਆਂ, ਉਹਨਾਂ ਨੂੰ ਪੜ੍ਹੀਆਂ ਅਤੇ ਦੋਨੋਂ ਹੀ ਅਸੀਂ ਕਿਤਾਬ ਪੜ੍ਹ ਕੇ ਹੱਸ ਪਏ, ਕਿਉਂਕਿ ਕਿਤਾਬ ਦੇ ਅੰਦਰ ਲਿਖਿਆ ਸੀ 3 ਮੁਗਲ ਸਮਰਾਟ, ਬਹਾਦਰ ਸ਼ਾਹ, ਉਹਦਾ ਪੁੱਤਰ ਜਹਾਂਦਾਰ, ਉਹਦਾ ਚਾਚਾ ਫਰਕਸ਼ੀਅਰ, 3 ਸਮਰਾਟ ਇੱਥੇ ਲੜਨ ਆਏ, 6 ਸਾਲ ਲੜਦੇ ਰਹੇ, 2.5 ਲੱਖ ਦੀ ਸੈਨਾ ਲੈ ਕੇ ਆਏ ਔਰ ਅੱਗੋਂ ਜਾ ਕੇ ਮੌਕੇ 'ਤੇ ਦੇਖਦੇ ਹਾਂ 2 ਟਿੱਬੇ ਨੇ ਅਤੇ ਮੁੰਡਾ ਜਿਹੜਾ ਸਾਨੂੰ ਮਿਲਿਆ ਸੀ ਸੇਵਕ ਜਿਹੜਾ ਸਾਨੂੰ ਲੋਹਗੜ੍ਹ ਦਰਸ਼ਨ ਕਰਾਉਣ ਗਿਆ ਸੀ, ਉਹ ਆਉਂਦਾ ਜੀ ਉਸ ਪਹਾੜੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਸੌਂਦਾ ਸੀ ਅਤੇ ਇਸ ਪਹਾੜੀ 'ਤੇ ਕਚਹਿਰੀ ਲਾਉਂਦਾ ਸੀ ਅਤੇ ਅਸੀਂ ਦੋਨੋਂ ਹੱਸ ਪਏ ਅਤੇ ਫਿਰ ਜੰਗ ਕਿੱਥੇ ਕਰਦਾ ਸੀ। ਖੈਰ ਉਹ ਜੀ 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 ਸਾਡਾ ਬਿਗਨਿੰਗ ਸੀ। ਉਸ ਤੋਂ ਬਾਅਦ 3 ਜੂਨ ਨੂੰ ਉੱਥੇ ਫੰਕਸ਼ਨ ਹੋਇਆ, ਉੱਥੇ ਜੋ ਸਾਡਾ ਅਨੁਮਾਨ ਸੀ 3-4 ਹਜ਼ਾਰ ਸੰਗਤ ਦਾ, ਉਹ ਸੰਗਤ ਪਹੁੰਚ ਗਈ 25,000 ਅਤੇ ਅਸੀਂ ਫਿਰ ਦੀਵਾਨੇ ਹੋ ਗਏ ਵੀ ਇੱਥੇ ਕੁਝ ਕਰਨਾ ਹੀ ਪਏਗਾ। ਜ਼ਰੂਰ ਜ਼ਰੂਰ ਆਸਾ ਗਗਨਦੀਪ ਸਿੰਘ ਜੀ, ਗੁਰਮਿੰਦਰ ਸਿੰਘ ਜੀ, ਅਸੀਂ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਇਸੇ ਤਰ੍ਹਾਂ ਬਕਾਇਦਾ ਤੌਰ ਦੇ ਉੱਤੇ। ਇਹ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਤੁਹਾਡੀ ਨਜ਼ਰ ਅਸੀਂ ਕਰ ਰਹੇ ਹਾਂ ਔਰ ਇਹਨੂੰ ਬਹੁਤ ਹੀ ਧਿਆਨ ਨਾਲ ਸੁਣਨਾ। ਪ੍ਰੋਗਰਾਮ ਜਾਰੀ ਰਹੇਗਾ ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।